ਕਰਦਾ ਹਾਂ ਕਿ ਸਾਰੀ ਹੋਈ ਸਭ ਮੇਰੇ ਨਾਲ ਲਾਹੌਰ ਤੋਂ ਮਿੰਟਾਂ ਬਾਅਦ ਹੀ ਕਾਫੀ ਸਾਰੀ ਫੋਰਸ ਪੁਲਿਸ ਰੇਂਜਰ ਰਾਮ ਤਾਲਮੀ ਮਸਜਿਦ ਇਰਦ ਗਿਰਦ ਲੱਗ ਚੁੱਕੀ ਸੀ ਬਿਲਾ ਫਿਰ ਸੀੜੀਆਂ ਲਾ ਕੇ ਮੁਖਤਲਿਫ ਤਰੀਕੇ ਨਾਲ ਉੱਪਰ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਫਿਰ ਥੋੜ੍ਹੇ ਟਾਈਮ ਬਾਅਦ ਫਿਰ ਐਸ ਪੀ ਉੱਪਰ ਆ ਗਿਆ ਮਾਇਆ ਦੇ ਕੋਲ ਸਨ ਉਹ ਬਾਬਾ ਨਾਲ ਗੱਲ ਕਰ ਰਿਹਾ ਸੀ ਉਹਨਾਂ ਕਿਹਾ ਠੀਕ ਮੈਂ ਗ੍ਰਿਫਤਾਰੀ ਦੇਣ ਦੀ ਚਾਹਨਾ ਥੱਲੇ ਥੋੜ੍ਹਾ ਵੀ ਲਿਆਓ ਤੁਹਾਡੇ ਕੋਲ ਸੀ ਉਹ ਅੱਜ ਗੱਲ ਕਰ ਰਿਹਾ ਸੀ ਡਿਪਟੀ ਵੀ ਸੀ ਡੀ ਐਸ ਪੀ ਅਲੱਗ ਹਜ਼ਾਰਾਂ ਫੋਰਸ ਦੇ ਮੈਂਬਰ ਲੱਗੇ ਹੋਏ ਸਨ ਪੁਲਿਸ ਰੇਂਜਰ ਅੰਦਰ ਪਤਾ ਲੱਗਿਆ ਭਾਈ ਮੇਰੀ ਗ੍ਰਿਫਤਾਰੀ ਹੋ ਰਹੀ ਅੱਗੇ ਪਿੱਛੇ ਸਾਰੇ ਬੰਦੇ ਬਾਹਰ ਪਤਾ ਲੱਗਦਾ ਹੈ ਜਦੋਂ ਵਕਤ ਆਏ ਕੜੀਆਂ ਛੜਕੜੀਆਂ ਹੋਣ ਪੁਲਿਸ ਵਾਲੇ ਦੌੜ ਰਹੇ ਹੋਣ ਗ੍ਰਿਫਤਾਰੀ ਹੋਣ ਲੱਗੀ ਉਸ ਵਕਤ ਐਸ ਪੀ ਗੱਲ ਕਰ ਰਿਹਾ ਸੀ ਫਿਰ ਮੈਂ ਪਤਾ ਨਹੀਂ ਇਸੇ ਪਾਸੋਂ ਸੀੜੀਆਂ ਚੜ੍ਹ ਕੇ ਆਇਆ ਸੀ ਕਿਸ ਤਰ੍ਹਾਂ ਫਿਰ ਉਹਨਾਂ ਕੋਲ ਸਾਰੇ ਇੰਤਜ਼ਾਮਾਤ ਹੁੰਦੇ ਨੇ ਸੀੜੀਆਂ ਵਗੈਰਾ ਲਾ ਦਿੰਦੇ ਨੇ ਲੱਕੜ ਦੀਆਂ ਸੀੜੀਆਂ ਲਾ ਕੇ ਡੇਲਿਆਂ 'ਤੇ ਜਾ ਕੇ ਉੱਪਰ ਆ ਗਿਆ ਸੀ ਉਹ ਗੱਲ ਕਰ ਰਿਹਾ ਬਾਬਾ ਨੇ ਠੀਕ ਬੜੇ ਕੁਰਸੀ ਉਹ ਦੇਰ ਨੂੰ ਡਿਪਟੀ ਆਪਣੀ ਫਿਰ ਉਹ ਹਰ ਬੰਦੇ ਨੂੰ ਹੁੰਦਾ ਗੱਲ ਹੋ ਗਈ ਗੱਲ ਮੁੱਕੀ ਉਹਨਾਂ ਕਿਹਾ ਠੀਕ ਹੈ ਚਲੇ ਚੱਲ ਮੈਂ ਉਹ ਡੀ ਐਸ ਪੀ ਗੱਲ ਕਰਨ ਲੱਗ ਪਿਆ ਉਹ ਐਨ ਉਹ ਸਖ਼ਤ ਜਦੋਂ ਹਜ਼ਾਰਾਂ ਪੁਲਿਸ ਰੇਂਜਰ ਲੱਗੀ ਹੋਈ ਸੀ ਮੈਂ ਬੜੇ ਬੜੇ ਲੋਕ ਦੇਖੇ ਨੇ ਜਿਹੜੇ ਪੁਸ਼ਣ ਜਨਾਬ ਚੱਡੇ 'ਚ ਲੈ ਕੇ ਤੇ ਅੰਦਰਾਂ ਨੂੰ ਵੜ ਗਏ ਉਸ ਵਕਤ ਲੋਕਾਂ ਦੇ ਸਾਹ ਖੜੇ ਹੁੰਦੇ ਨੇ ਹਾਲਾਤ ਖਰਾਬ ਹੁੰਦੇ ਨੇ ਉਹ ਜੀ ਜੀ ਕਰ ਰਹੇ ਹੁੰਦੇ ਨੇ ਉਹ ਐਨ ਉਹ ਸਖ਼ਤ ਜਦੋਂ ਗ੍ਰਿਫਤਾਰੀ ਮੁਤਵੱਕ ਸੀ ਪੁਲਿਸ ਲੱਗੀ ਹੋਈ ਸੀ ਹਜ਼ਾਰਾਂ ਫੋਰਸਾਂ ਮੈਂਬਰ ਰੇਂਜਰ ਪੁਲਿਸ ਅਤੇ ਉਹ ਐਸ ਪੀ ਗੱਲ ਕਰ ਰਹੇ ਡੀ ਐਸ ਪੀ ਕੋਲ ਬੋਲਿਆ ਉਹਨਾਂ ਨੂੰ ਚੱਪੜ ਸੂਟ ਦਿਆ ਕਿਸਰਾ ਚੱਪੜ ਉਹ ਗੱਲ ਕਰ ਰਿਹਾ ਕੀ ਬਾਤ ਇੱਕ ਬੰਦਾ ਗ੍ਰਿਫਤਾਰ ਹੋ ਗਿਆ ਪੁਲਿਸ ਵਾਲੇ ਇਸ ਗੱਲ ਤੋਂ ਮਤਲਬ ਇਹ ਨਹੀਂ ਕਿ ਮੈਂ ਉਹਨਾਂ ਦੀ ਕੋਈ ਤਿਆਰੀ ਕਰ ਰਿਹਾ ਬਾਬੇ ਨੇ ਤੁਰੰਤ ਬਾਤ ਨਹੀਂ ਕਹੇ ਉਦੋਂ ਜਿਸ ਵਕਤ ਗ੍ਰਿਫਤਾਰੀ ਹੋ ਗਈ ਸੀ ਉਸ ਵਕਤ ਇੰਤਹਾਈ ਜ਼ਰੂਰਤ ਮੰਦੀ ਨਾਲ ਘਾ ਲਿਆ ਹੋਵੇ ਬੱਚੇ ਕੋਲ ਵੀਲ ਚੇਅਰ ਲਿਆ ਹੋਵੇ ਥੱਲੇ ਚੱਲ ਗਿਆ ਪਰ ਡਿਪਟੀ ਮੈਂ ਕਹਿੰਦਾ ਚੱਪੜਾ ਸੂਟ ਜਾ ਕਿਸਰਾ ਤੂੰ ਵੀ ਗੱਲ ਕਰਨਾ ਗੱਲ ਕਰ ਦੋ ਵੀ ਪਿਆ ਤੇ ਮੈਂ ਜਾ ਕੇ ਥੱਲੇ ਗ੍ਰਿਫਤਾਰੀ ਵਾਸਤੇ ਤੇਰੀ ਕੀ ਜ਼ਰੂਰਤ ਹੋਵੇ ਐਨ ਜੀ ਕੋਰਟ 'ਚ ਖੜੇ ਹਾਂ ਮੌਲਾ ਦਸਤਾਰ ਖਾਨ ਅਜੀ ਸਾਹਿਬ ਰਹਿਮਤੁਲ ਅਲੈਹ ਜਿਹਨੂੰ ਜੱਜ ਨੇ ਕਿਹਾ ਨਾ ਕਿ ਮੌਲਾਨਾ ਮੈਨੇ ਆਪਕਾ ਸਾਰਾ ਰਿਕਾਰਡ ਮੰਗਵਾ ਲਿਆ ਹੈ ਇਹ ਸਾਰੀ ਮਿਸਰੀ ਫਾਈਲੇ ਆਪ ਕੀ ਪੜੀ ਹੋਈ ਇਹ ਮੁਕੱਦਮਾਤ ਆਪਕੇ ਖਿਲਾਫ ਹੋ ਰਹੇ ਹੈ ਜਹਾਂ ਵੀ ਆਪਕੇ ਖਿਲਾਫ ਮੁਕੱਦਮਾ ਹੁਆ ਸੈਵਨ ਏਟ ਜੇ ਕਾ ਆਪ ਤੋ ਬਹੁਤ ਬੜੇ ਦਸ਼ਕਰਦ ਹੈ ਆਪਨੇ ਬਹੁਤ ਬੜੀ ਦਸ਼ਕਰਦ ਕੀ ਹੈ ਇਹ ਏਕ ਨਹੀਂ ਦੋ ਨਹੀਂ ਚਾਰ ਨਹੀਂ ਕਈ ਮੁਕੱਦਮਾਤ ਕੀ ਮਿਸਰੇ ਮੇਰੇ ਸਾਹਮਣੇ ਪੜੀ ਹੈ ਔਰ ਆਪ ਜਬ ਸੇ ਆਪਨੇ ਹੋ ਸੰਭਾਲਿਆ ਹੈ ਆਪ ਯਹਾਂ ਦਸ਼ਕਰਦ ਕਰ ਰਹੇ ਹੈ ਮੌਲਾਨਾ ਨਿਆਜ਼ੀ ਸਾਹਿਬ ਕੋੜੇ ਖੜੇ ਸਨ ਆਪਨੇ ਕਹਾ ਆਓ ਮਿਸਟਰ ਜੱਜ ਬਾਤ ਸੁਣੋ ਅਗਰ ਹਮ ਤਹਿਰੀਕ ਤਨਜ਼ੀਮੋਂ ਮੇਂ ਕਾਮ ਨਾ ਕਰਤੇ ਤੋ ਯੇ ਮੁਲਕ ਪਾਕਿਸਤਾਨ ਕਭੀ ਨਾ ਬਨਤਾ ਅਗਰ ਮੁਲਕ ਪਾਕਿਸਤਾਨ ਨਾ ਬਨਤਾ ਤੋ ਆਜ ਤੁਮ ਕੁਸ ਅਦਾਲਤ ਕੀ ਕੁਰਸੀ ਪਰ ਨਾ ਬੈਠੇ ਹੋਤੇ ਬਲਕਿ ਸੜਕ ਕੇ ਕਿਨਾਰੇ ਪਰ ਤੁਮ ਪਕੌੜੇ ਵੇਚ ਰਹੇ ਹੋਤੇ ਯੇ ਹਮਾਰੀ ਮਿਹਨਤ ਕਰਨ ਚੀਜ਼ ਹੈ ਯੇ ਦਹਿਸ਼ਤਗਰਦੀ ਨਹੀਂ ਜਿਸੇ ਤੁਮ ਦਹਿਸ਼ਤਗਰਦੀ ਕਹਤੇ ਹੋ ਯੇ ਦਹਿਸ਼ਤਗਰਦੀ ਨਹੀਂ ਹਮਨੇ ਮੁਲਕ ਪਾਕਿਸਤਾਨ ਬਣਾਇਆ ਹੈ ਔਰ ਕੁਰਬਾਨੀਆਂ ਦੇ ਕੇ ਬਣਾਇਆ ਹੈ ਹਮਨੇ ਮਿਹਨਤ ਕੀ ਹੈ ਅਗਰ ਹਮ ਮਿਹਨਤ ਨਾ ਕਰਤੇ ਤੋ ਆਜ ਤੁਮ ਅਦਾਲਤ ਦੀ ਕੁਰਸੀ ਪਰ ਨਾ ਬੈਠੇ ਹੋਤੇ ਤੁਮ ਸੜਕ ਕੇ ਕਿਨਾਰੇ ਬੈਠ ਕਰ ਪਕੌੜੇ ਵੇਚ ਰਹੇ ਹੋ ਤੁਮ ਪੁੱਛਤਾ ਵੀ ਹੋਇਆ ਹਮ ਉਨਕੇ ਬਾਰੇ ਸੇ ਬੇਸ਼ੱਕ ਬੇਸ਼ੱਕ ਹਮ